जी माशाल्लाह, ये देखें जी, ये हमारे अल्लामा नासिर मदनी साहब हैं, और ये देखें माशाल्लाह अल्लाह ने इनको हज पे बुलाया है, और ये यहाँ पे ख़ुद ही अपना काम कर रहे हैं, और ये देखें अपने कपड़े प्रेस कर रहे हैं कितने इन हमाक से। और ये देखें जी, ये अब ज़रा रिव्यू ले लेते हैं। हाँ जी, अस्सलाम वालेकुम, मेरा चन्न, मेरा मक्खन, मेरी मलाई, आल मक्का सुलेमान नाल हज करन आई। मेरा चन्न अहमद साहब बैठे, ਅਸੀਂ ਇੱਥੇ ਆਏ ਹਾਂ ਆਪਣੇ ਅੱਲਾਹ ਕੋਲੋਂ ਮਾਫ਼ੀ ਮੰਗਣ, ਆਪਣੇ ਆਪ ਨੂੰ ਮਿਟਾਉਣ। ਮਰਨ ਤੋਂ ਪਹਿਲਾਂ ਮਰ ਗਏ ਬਾਹੂ ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ। ਆਪਣਾ ਕੰਮ ਆਪਣੇ ਹੱਥਾਂ ਨਾਲ ਕਰੋ, ਘਰ ਵੀ ਕਰੋ। ਹਾਂਜੀ, ਘਰ ਲਾਗੇ ਬੈਠੇ ਹੁੰਦੇ ਤੇ ਬੇਗਮਾਂ ਦੇ ਚਾਦਰ ਫੜਾਈ, ਆ ਫੜਾਈ, ਚਾਹ ਫੜਾਈ, ਅਤੇ ਬਾਹਰ ਹੁੱਲ ਹੁੱਲ ਫਿਰਦੇ ਨੇ ਇੰਝ ਨੂੰ ਇੰਝ ਨੂੰ ਇੰਝ ਨੂੰ। ਮੈਂ ਆਪਕੋ ਪੈਗਾਮ ਦਿੱਤਾ ਹੂੰ ਕਿ ਹੱਜ ਨਾਵੇਂ ਮੁਸ਼ਕਤ ਦਾ, ਆਪਣੇ ਕੱਪੜੇ ਆਪ ਇਸਤਰੀ ਕਰੋ, ਆਪ ਇੱਥੇ ਬਹਿ ਕੇ ਜਨਾਬਿਆਂ ਦਾ ਲਾਲਾ ਕਰੋ, ਅਤੇ ਕਿਸੇ ਗਰੁੱਪ ਲੀਡਰ ਅਤੇ ਦੂਜੇ ਤੀਜੇ ਤੇ ਰੋਬ ਨਾ ਚਾੜੋ ਜੀ ਅਸੀਂ ਇੰਨੇ ਪੈਸੇ ਲਾ ਕੇ ਆਏ। ਓਏ ਅੱਲਾਹ ਦਾ ਸ਼ੁਕਰ ਅਦਾ ਕਰੋ, ਇਹ ਜਿਨ੍ਹਾਂ ਨੂੰ ਤਰਸਦੇ ਨੇ ਲੋਕ ਉੱਥੇ ਕਿ ਖਾਲੀ ਮੱਕੇ ਮਦੀਨੇ ਦੀ ਸੜਕ 'ਤੇ ਜਗ੍ਹਾ ਮਿਲ ਜੇ, ਫੁੱਟਪਾਥਾਂ 'ਤੇ ਬਹਿ ਜਾਈਏ, ਲੋਕ ਯਾਦ ਨਹੀਂ ਪੜ੍ਹਦੇ। ਜਬ ਮਸਜਿਦ ਨਬਵੀ ਕੇ ਮੀਨਾਰ ਨਜ਼ਰ ਆਏ, ਅੱਲਾ ਕੀ ਰਹਿਮਤ ਕੇ ਆਸਾਰ ਨਜ਼ਰ ਆਏ। ਮੇਰਾ ਚੰਨ ਉੱਥੇ ਲੋਕੀ ਆਉਂਦੇ ਨੇ, ਮਦੀਨੇ ਦੀਆਂ ਗਲੀਆਂ ਹੋਣ ਅਤੇ ਮੈਂ ਮਿੱਟੀ ਆਪਣੇ ਸਿਰ ਨੂੰ ਲਾਵਾਂ, ਮੂੰਹ ਨੂੰ ਚੁੰਮਾਂ, ਅਤੇ ਹੋਟਲ ਦੇ ਗੱਦਿਆਂ 'ਤੇ ਵੀ ਨੁਕਸ ਕਰ ਦੇਣੇ। ਓਏ ਹਾਜੀ, ਉਹ ਅੱਲਾ ਤੋਂ ਡਰ ਜਾਓ। ਉੱਥੇ ਆਉਂਦੇ ਜੇ ਮਦੀਨੇ ਦੀਆਂ ਗਲੀਆਂ ਦੀ ਮਿੱਟੀ ਅਸੀਂ ਆਪਣੇ ਸਿਰ 'ਚ ਪਾਈਏ, ਅੱਖਾਂ ਸੁਰਮਾ ਪਾਈਏ, ਇੱਥੇ ਹੋਟਲਾਂ ਦੇ ਗੱਦਿਆਂ 'ਤੇ ਵੀ ਨੁਕਸ ਕਰਦੇ, ਜੇ ਕਲੀਨਾਂ 'ਚ ਵੀ ਨੁਕਸ, ਹਾਂਡੀਆਂ 'ਚ ਵੀ ਨੁਕਸ, ਖੁਦਾ ਦਾ ਵਾਸਤਾ ਜੇ ਇੱਥੇ ਤੁਸੀਂ ਗੁਨਾਹ ਮਾਫ਼ ਕਰਾਉਣ ਆਏ, ਜੇ ਜਿੰਨੇ ਗੁਨਾਹਾਂ ਨਾਲ ਨਿਬੜੇ ਤਿਬੜੇ ਆਏ ਜੇ ਉਹਨੇ ਮਿੱਟ ਜਾਓ। ਅਸੀਂ ਕਿਹੜੇ ਜਨਾਬ ਜੀ ਇੱਥੇ ਰਿਸ਼ਤੇਦਾਰਾਂ ਕੋ ਆਏ, ਸਾਰੇ ਅੱਲਾ ਰਸੂਲ ਦੇ ਮਹਿਮਾਨ ਹੈ। ਇਸ ਵਾਸਤੇ ਮੇਰਾ ਚੰਨ ਇੱਥੋਂ ਦੇ ਕੋਈ ਪਰੇਸ਼ਾਨੀ ਹੈ ਕਿਸੇ ਨੂੰ ਨਹੀਂ ਦੱਸਣਾ, ਜਿੰਨੇ ਨੁਕਸ ਨੇ ਅੱਲਾ ਇਹੋ ਗੱਲ ਵੇਖ ਕੇ ਮਾਫ਼ ਕਰ ਦੂ ਕਿ ਬੰਦੇ ਨੇ ਸੀ ਨਹੀਂ ਕੀਤੀ। ਉੱਥੇ ਲਾਹੌਰਾਨਾ ਹੁੰਦਾ ਸੱਜਣਾ ਦਾ ਦਿੱਤਾ ਦੁੱਖ, ਹਾਸਸ ਸਹੀ ਦਾ ਉਫ ਤੇ ਕਿਤੇ ਦੂਰ ਸੀ ਨਹੀਂ ਕਹੀਦਾ। ਦੁਨੀਆਂ ਦੇ ਯਾਰਾਂ ਦੇ ਦੁੱਖ ਆਨਾ ਕੋਈ ਗੱਲ ਨਹੀਂ, ਮੇਰਾ ਯਾਰ ਹੈ। ਓਏ ਮੱਕੇ ਮਦੀਨੇ ਜਿਹੜੀ ਪਰੇਸ਼ਾਨੀ ਆਏ, ਕਹਿ ਮੈਂ ਰੱਬ ਦੇ ਸੱਜਣ ਦਾ ਯਾਰ ਹਾਂ, ਅੱਲਾ ਦਾ ਯਾਰ ਹਾਂ, ਜਿਹੜਾ ਅੱਲਾ ਦਾ ਯਾਰ ਬਣ ਜੇ ਸਾਰੇ ਵਿਹੜੇ ਪਾਰ ਨੇ। ਬਸ ਮੇਰਾ ਚੰਨ, ਮੇਰਾ ਮੱਖਣ, ਮੇਰੀ ਮਲਾਈ, ਹੱਜ 'ਤੇ ਆਈ, ਮੁਸ਼ੱਕਤ ਕਰਕੇ ਆਪਣੇ ਰੱਬ ਨੂੰ ਮਨਾਈ। ਲੱਭਏਕ ਅੱਲਾਹੁਮਾ ਲੱਭਏਕ, ਸਾਰੇ ਪੜ੍ਹੋ, ਲੱਭਏਕ ਅੱਲਾਹੁਮਾ ਲੱਭਏਕ, ਲੱਭਏਕ ਲਾ ਸ਼ਰੀਕ ਲਕ ਲੱਭਏਕ, ਇਨਲ ਹਮਦਾ ਵਨਿਮਤਾ ਲਕ ਵਲ ਮੁਲਕ ਲਾ ਸ਼ਰੀਕ ਲਕ, ਲੱਭਏਕ ਅੱਲਾਹੁਮਾ ਲੱਭਏਕ, ਲੱਭਏਕ ਲਾ ਸ਼ਰੀਕ ਲਕ ਲੱਭਏਕ, ਇਨਲ ਹਮਦਾ ਵਨਿਮਤਾ ਲਕ ਵਲ ਮੁਲਕ ਲਾ ਸ਼ਰੀਕ ਲਕ। ਅੱਜ ਮੈਂ ਕਾਜੀ ਵੇਖਿਆ, ਉਹ ਮੋਟੀਆਂ ਤੋਂ ਲੜ ਪਿਆ, ਫਿਰ ਮੈਂ ਉਹਨੂੰ ਜੱਫਾ ਪਾਇਆ, ਮੈਂ ਮੇਰਾ ਚੰਨ ਮੇਰੀ ਮਾਨ ਇੱਧਰ ਗੱਡੀ ਤੈਨੂੰ ਬਾਵਾਂ, ਕੋਈ ਮੇਰਾ ਚੰਨ ਰੁੱਸੀ ਦਾ ਨਹੀਂ, ਔਰ ਅੱਲਾ ਮਾਫ਼ ਕਰੇ, ਇੱਥੇ ਅੱਜ ਹੀ ਇੰਨਾ ਖਾ ਰਹੇ ਨੇ ਗੁਨਾਹ ਭਾਵੇਂ ਨਾ ਕੱਢਣੇ, ਅੱਲਾ ਮਾਫ਼ ਕਰੇ, ਇਹਨਾਂ ਦੇ ਵਜਨ ਵੱਧ ਜਾਣੇ। ਮੈਂ ਵੇਖ ਰਿਹਾ ਅੱਜ ਹੀ, ਥੋੜ੍ਹਾ ਖਾਓ, ਸਜਦੇ ਕਰੋ, ਇਬਾਦਤ ਕਰੋ, ਅੱਲਾ ਅੱਲਾ ਕਰੋ, ਕੁਰਾਨ ਬਹੁਤਾ ਪੜ੍ਹੋ। ਖਾਈ ਦਾ ਤਾਂ ਲਾਹੌਰ ਵੀ ਹੈ, ਆਪਣੀ ਜਗ੍ਹਾ ਜਿੱਥੇ ਜਿੱਥੇ ਰਹਿੰਦੇ ਜੇ ਖਾਂਦੇ। ਇਸ ਵਾਸਤੇ ਮੇਰਾ ਚੰਨ,
ਮੇਰੀ ਮਨ ਕੁਰਾਨ ਬਹੁਤਾ ਪੜ੍ਹੋ, ਸਜਦੇ ਬਹੁਤੇ ਕਰੋ, ਤਰਬੀਆ ਪੜ੍ਹੋ, ਗਲੀ ਚੱਲਦੇ ਫਿਰਦੇ ਤਰਬੀਆ ਪੜ੍ਹੋ। ਤੁਸੀਂ ਤਾਂ ਸ਼ਿਕਵੇ ਕਰਦੇ ਜੀ ਸਾਰਾ ਦਿਨ, ਉਹਨੇ ਇੰਝ ਨਹੀਂ ਕੀਤਾ, ਉਹਨੇ ਇੰਝ ਨਹੀਂ ਕੀਤਾ, ਉਹਨੇ ਇੰਝ ਨਹੀਂ ਕੀਤਾ। ਓਏ ਅੱਲਾਹ ਦਾ ਵਾਸਤਾ ਜੇ, ਇੰਨੀ ਦੁਨੀਆ ਨੂੰ ਸਾਹਮਣਾ ਕਿਹੜਾ ਖਾਲਾ ਜੀ ਦਾ ਵਾੜਾ ਹੈ। ਥੈਂਕ ਯੂ ਮੇਰਾ ਚੰਨ, ਮੇਰਾ ਮੱਖਣ, ਮੇਰੀ ਮਲਾਈ। ਆਜ ਮਾਸ਼ਾਅੱਲਾ ਜੀ, ਕਾਰੀ ਸਾਹਿਬ ਨੇ ਬਹੁਤ ਸੁਨਤ ਪੂਰੀ ਕਰ ਦੀ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਹੱਥੋਂ ਸੇ ਕਾਮ ਕਰਦੇ ਥੇ, ਆਜ ਕਾਰੀ ਸਾਹਿਬ ਨੇ ਹਾਂ ਵੋ ਵੀ ਸੁਨਤ ਪੂਰੀ ਕਰ ਦੀ। ਮਜ਼ਾ ਆ ਗਿਆ, ਮਾਸ਼ਾਅੱਲਾ, ਕਮਾਲ ਹੈ। ਬੜੇ ਬੜੇ ਮੌਲਵੀ ਦੇਖੇ ਲਈ, ਲੇਕਿਨ ਯੇ ਵਾਹਦ ਮੌਲਵੀ ਹੈ ਜੋ ਆਪਣੇ ਹੱਥੋਂ ਸੇ ਖੁਦ ਆਪਣਾ ਕਾਮ ਕਰਨਾ ਪਸੰਦ ਕਰਤੇ ਹੈ। ਮਦਨੀ ਸਾਹਿਬ ਜ਼ਿੰਦਾਬਾਦ, ਮਦਨੀ ਸਾਹਿਬ ਜ਼ਿੰਦਾਬਾਦ, ਮਾਸ਼ਾਅੱਲਾ। ਇੱਕ ਗੱਲ ਸੁਣੋ, ਵਿਸ਼ ਆਦਮੀ ਹੈ। ਮੈਂ ਅੱਜ ਤੇ ਵੀ ਗਰੁੱਪ ਲੀਡਰ ਪਹਿਲਾਂ ਹੀ ਵੇਖਿਆ, ਹਾਜੀ ਅਹਿਮਦ ਸਾਹਿਬ ਜਿਹੜਾ ਆਪਣੇ ਹਾਜੀਆਂ ਨਾਲ ਇੰਝ ਰਲ ਮਿਲ ਜਾਂਦਾ, ਘੁਲ ਮਿਲ ਜਾਂਦਾ, ਤੇ ਕੋਲ ਖਲੋ ਕੇ ਖਾਣੇ ਖਵਾ, ਬਿਸਮਿਲਾ, ਹਾਜੀਆਂ ਦੀ ਖਿਦਮਤ ਕਰੋ। ਤੇ ਇੱਥੇ ਮੈਂ ਹਾਜੀ ਵੇਖੇ ਨੇ ਆ ਦੋ, ਮਾਸ਼ਾਅੱਲਾ, ਉਹ ਸਫੇਦ ਦਾੜੀਆਂ ਵਾਲੇ ਬਾਬਿਆਂ ਦੇ। ਚਲੋ ਸਾਡਾ ਕਮਰਾ ਛੱਡੋ, ਹਾਲਾ ਕਮਰਾ ਇਹਨਾਂ ਦਾ ਸੀ। ਇਹਦਾ ਕਹਿ ਠੀਕ ਬਾਬਾ ਜੀ, ਅਸੀਂ ਇੱਧਰ ਚਲੇ ਜਾਂਦੇ। ਇਹ ਦੋਵੇਂ ਚੰਨ ਮੱਖਣ ਮਲਾਈ ਅੱਲਾ ਜਾਂਦਾ, ਇਹ ਹੁੰਦਾ ਸਬਰ। ਇਹਨਾਂ ਨੇ ਕੁਰਬਾਨੀ ਦਿੱਤੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜੋ ਆਪ ਪਸੰਦ ਕਰੋ ਉਹ ਕਿਸੇ ਲਈ ਪਸੰਦ ਕਰੋ, ਔਰ ਮੇਰੇ ਚੰਨਾਂ ਨੇ ਖੀਰ ਕਰ ਦਿੱਤੀ, ਇਹਨੂੰ ਸਬਰ ਕਹਿੰਦੇ ਨੇ। ਅੱਜ ਸਬਰ ਸਿਖਾਉਂਦਾ ਹੈ। ਥੈਂਕ ਯੂ ਮੇਰਾ ਚੰਨ, ਤੁਹਾਨੂੰ ਬਹੁਤ ਸ਼ੁਕਰੀਆ। ਓਕੇ।